ਚੌਥੀ ਦਰਬਾਰ ਸਾਹਿਬ ਸਾਜੇ ਹੋਏ ਗੁਰੂ ਖਾਲਸਾ ਜੀ ਦਾਸ ਦੇ ਬੋਲਣ ਤੋਂ ਪਹਿਲਾਂ ਸਾਰੇ ਗੁਰਮਖ ਪਿਆਰੇ ਸਟੇਜ ਤੇ ਸੁਭਾਵਾਂ ਮਹਾਪੁਰਖ ਸਾਹਿਬਾਨ ਲੀਡਰ ਸਾਹਿਬਾਨ ਦਰਜਨ ਦਰਜਾ ਸਾਰੇ ਜਥੇਦਾਰ ਸਾਹਿਬਾਨ ਗੁਰਕੀਆਂ ਸੰਗਤਾਂ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਤੀਜੀ ਵਾਰ ਇਹ ਇਕੱਠ ਰੱਖਿਆ। ਜਦੋਂ ਪਹਿਲਾਂ ਜਿਸ ਦਿਨ 1 ਜਨਵਰੀ 2024 ਨੂੰ ਪੰਥ ਜਥੇਬੰਦੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਗੋਕਰਾ ਕੇ ਅਮਰ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਪ੍ਰਬੰਧ ਕੀਤਾ ਸੀ ਤਾਂ ਉਦੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਦਲ ਇਹ ਪ੍ਰੋਗਰਾਮ ਲਿਖ ਦਿੱਤਾ। ਅਸੀਂ ਸਾਰਿਆਂ ਨੇ ਵਿਚਾਰ ਕਰਕੇ ਅਸੀਂ ਆਪਣਾ ਪ੍ਰੋਗਰਾਮ ਵਾਪਸ ਲੈ ਲਿਆ। ਅਖੰਡ ਪਾਠ ਸਾਹਿਬ ਬਾਅਦ ਜੋੜੇ ਪਰ ਅਸੀਂ ਉਹ ਪ੍ਰੋਗਰਾਮ ਵਾਪਸ ਲੈ ਕੇ ਉਹਨਾਂ ਵੱਲੋਂ ਲਿਖੇ ਗਏ ਪ੍ਰੋਗਰਾਮ ਵਿੱਚ ਹੀ ਸ਼ਾਮਲ ਹੋਏ ਅਤੇ ਉਸੇ ਦਿਨ ਹੀ ਸਾਰਿਆਂ ਨੇ ਇਕੱਠੇ ਹੋ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇੱਕ ਮੈਮੋਰੀਅਲ ਨੂੰ ਦਿੱਤਾ। ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਦਿਫਾਲਤ ਤੋਂ ਦਿਫਾਲਤਾ ਹੋਏ ਹਾਂ, ਉਹਨਾਂ ਵਿੱਚ ਕੁਝ ਆਪਣੀਆਂ ਮਨਮਰਜ਼ੀਆਂ, ਕੁਝ ਧੜੇਬੰਦਕ ਵਖਰੇਵੇ, ਕੁਝ ਬੇਵਿਸ਼ਵਾਸੀ, ਜਿਵੇਂ ਬਾਬਾ ਸੇਵਾ ਸਿੰਘ ਹੋਣਾ ਨੇ ਕਿਹਾ, ਇਹ ਸਾਰਾ ਕੁਛ ਰਿਹਾ ਹੈ। ਪਰ ਆਪਾਂ ਨੂੰ ਹੁਣ ਇੱਕ ਮੰਚ 'ਤੇ ਨਹੀਂ, ਕਈ ਮੰਚ 'ਤੇ ਲੜਾਈ ਲੜਨੀ ਪੈ ਰਹੀ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਵੀ ਨਾ ਸਾਨੂੰ ਇਨਸਾਫ ਅੱਜ ਮਿਲਣਾ ਅਤੇ ਨਾ ਕੱਲ੍ਹ ਮਿਲਣਾ, ਫਿਰ ਇਹ ਸੰਗਤਾਂ ਨੂੰ ਕਾਹਤੋਂ ਤਕਲੀਫ ਦਿੰਦੇ ਹਾਂ। ਤਾਂ ਮੇਰੀ ਵਿਚਾਰ ਹੈ ਆਪਾਂ ਨੂੰ ਇਨਸਾਫ ਅਵਸ਼ ਮਿਲੂਗਾ, ਆਪਾਂ ਇਨਸਾਫ ਲਵਾਂਗੇ। ਕਿਉਂਕਿ ਤੁਹਾਡਾ ਸੰਗਤਾਂ ਦਾ ਇੱਕ ਰੋਹ ਉਦੋਂ ਉੱਠਿਆ ਸੀ ਜਦੋਂ ਝੂਠੇ ਸਰਦਿਆਂ ਨੂੰ ਕਲੀਨ ਚਿੱਟ ਦੇ ਦਿੱਤੀ, ਸਾਡੇ ਜਥੇਦਾਰਾਂ ਨੇ ਮਾਫ਼ ਕਰ ਦਿੱਤਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਰੋਹ ਉੱਠਿਆ ਵੀ ਅਸੀਂ ਆਪਣੀ ਕੰਟਰੀ ਵਿੱਚ, ਆਪਣੇ ਮੁਹੱਲੇ ਵਿੱਚ, ਆਪਣੇ ਦੇਸ਼ ਵਿੱਚ, ਆਪਣੇ ਪਿੰਡ ਵਿੱਚ ਜਥੇਦਾਰਾਂ ਦਾ ਸਨਮਾਨ ਨਹੀਂ ਕਰਾਂਗੇ, ਅਸੀਂ ਵਿਆਹ ਸ਼ਾਦੀਆਂ 'ਚ ਵੀ ਨਹੀਂ ਬੁਲਾਵਾਂਗੇ, ਬੁਲਾਉਣਾ ਚੁੱਪਚਾਪ ਹੀ ਬੰਦ ਕਰ ਦਿੱਤਾ ਅਤੇ ਅਗਲ ਟਿਕਾਣੇ ਆ ਗਏ। ਅਤੇ ਫਿਰ ਕਹਿਣਾ ਪਿਆ ਕਿ ਜਿਹੜਾ ਅਸੀਂ ਉਹਨਾਂ ਨੂੰ ਮੁਆਫ਼ੀ ਦਿੱਤੀ ਸੀ ਉਹ ਪੰਥ ਨੇ ਮੰਨੀ ਨਹੀਂ, ਇਸ ਕਰਕੇ ਅਸੀਂ ਆਪਣਾ ਫੈਸਲਾ ਵਾਪਸ ਲੈਂਦੇ। ਇਹ ਤੁਹਾਡੇ 'ਚ ਸ਼ਕਤੀ ਹੈ, ਤੁਸੀਂ ਸਿੰਘ ਸਭਾ ਵੱਲੋਂ ਲਏ ਹੋਏ ਫੈਸਲੇ ਵਾਪਸ ਵੀ ਕਰਵਾ ਸਕਦੇ। ਇਸ ਵਾਸਤੇ ਇਹ ਨਾ ਸੋਚੋ ਕਿ ਆਪਾਂ ਨੂੰ ਕੱਲ੍ਹ ਨੂੰ ਵੀ ਇਨਸਾਫ਼ ਨਹੀਂ ਮਿਲਣਾ, ਕਿਉਂ ਨਹੀਂ ਮਿਲਣਾ, ਆਪਾਂ ਨੂੰ ਬਸ ਮਿਲੇਗਾ। ਪਰ ਆਪਾਂ ਨੂੰ ਉਹਦੇ ਲਈ 2-3 ਫਰੰਟ ਹੈ, ਕੋਈ ਸ਼ੱਕ ਨਹੀਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਬਹੁਤ ਵੱਡੀ ਕੁਰਬਾਨੀ ਹੈ, ਉਹ ਜੇਲ੍ਹ ਵਿੱਚ ਹੈ, ਉਹਨਾਂ ਦੀ ਕੁਰਬਾਨੀ ਅੱਗੇ ਸਾਡਾ ਸਿਰ ਝੁਕਦਾ। ਪਰ ਜੋ ਜਨਤਕ ਤੌਰ 'ਤੇ ਜਿਹੜੇ ਲੋਕ ਕਾਬਜ਼ ਨੇ, ਜਿਨ੍ਹਾਂ ਨੇ ਕਿਸੇ ਵੀ ਢੰਗ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਬਜ਼ਾ ਕਰਕੇ ਜਥੇਦਾਰ ਥਾਪੇ ਹੋਏ ਹੈ, ਉਹਨਾਂ ਤੱਕ ਆਪਣੀ ਸ਼ਕਤੀ ਕੰਮ ਕਰੇਗੀ। ਪਰ ਮੈਂ ਹੈਰਾਨ ਹਾਂ ਸਾਡੀਆਂ ਪੰਥਕ ਜਥੇਬੰਦੀਆਂ, ਜਿਨ੍ਹਾਂ ਦੀਆਂ ਕਾਰਾਂ ਵੀ ਪੰਥ ਦੇ ਨਾਂ 'ਤੇ ਚੱਲਦੀਆਂ, ਜਿਨ੍ਹਾਂ ਦੇ ਚੁੱਲ੍ਹੇ ਵੀ ਪੰਥ ਦੇ ਨਾਂ 'ਤੇ ਬਲਦੇ, ਲੀੜਾ ਕੱਪੜਾ ਸਭ ਪੰਥ ਦਾ, ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ। ਪਰ ਅਸੀਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੇ ਕਤਲ ਦੇ ਇਨਸਾਫ ਲੈਣ ਵਾਸਤੇ ਇੱਕ ਬਿਆਨ ਦੇਣ ਨੂੰ ਤਿਆਰ ਨਹੀਂ। ਮੈਂ ਪੰਥਕ ਜਥੇਬੰਦੀਆਂ ਦੀ ਗੱਲ ਕਰਦਾ, ਕਾਰ ਸੇਵਾ ਵਾਲੇ ਮਹਾਂਪੁਰਖ ਨਿਗਮਲੇ, ਮਹਾਂਪੁਰਖ ਉਦਾਸੀ, ਮਹਾਂਪੁਰਖ ਦਮਦਮੇ, ਟਕਸਾਲ, ਹੋਰ ਜਿੰਨੇ ਲੈ ਲਓ ਤੁਸੀਂ, ਬੋਲਦਾ ਕੋਈ? ਜਦੋਂ ਅਸੀਂ ਇੱਥੇ ਬੈਠੇ ਹਾਂ ਤਾਂ ਫਿਰ ਆਹ ਆਮ ਸੰਗਤਾਂ ਸਾਡੇ ਵੱਲ ਦੇਖਦੀਆਂ ਵੀ ਤੁਸੀਂ ਕੀ ਕਰਦੇ ਹੋ।
ਜਿਹੜੀ ਥਿਉਰੀ ਆ ਨਾ ਉਹ ਤਾਂ ਗੂਗਲ ਤੋਂ ਕੱਢ ਲਓ ਵੀ ਘੱਟ ਕਿਵੇਂ ਹੋ ਸਕਦਾ ਗੂਗਲ ਦੱਸ ਦਿਓ ਤੁਹਾਨੂੰ ਆਹ ਘੱਟ ਕਰਨ ਦੀ ਲੋੜ ਨਹੀਂ ਸਬਜ਼ੀ ਤੋਂ ਲੈ ਕੇ ਨਾ ਵੀ ਸਬਜ਼ੀ ਕਿਵੇਂ ਬਣਦੀ ਹੈ ਤੁਰੇ ਜਾਓ ਤਾਂ ਤੱਕ ਜਥੇਦਾਰ ਕਿਵੇਂ ਤੁਹਾਨੂੰ ਜੀ ਗੂਗਲ ਦੱਸ ਦਿਓ ਤੁਹਾਨੂੰ ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਇੱਕ ਗੱਲ ਕਹਿੰਦੇ ਸੀ ਕਹਿੰਦੇ ਤੁਸੀਂ ਇੱਥੇ ਮੇਰੇ ਕੋਲ ਆ ਕੇ ਕਹਿੰਦੇ ਫੱਟੇ ਚੱਕ ਦਿਆਂਗੇ ਕਿੱਥੇ ਆ ਫੱਟੇ ਤੁਹਾਡੇ ਫੱਟੇ ਕੋਈ ਚੁਕਾਉਣ ਵਾਲਾ ਹੋਵੇ ਤੇ ਦੂਜਾ ਪਾਸਾ ਇਹ ਵੀ ਸੀ ਕਿ ਅੱਜ ਉਹ ਆਪਣੇ ਜਵਾਨ ਵਿੱਚੋਂ ਕੋਈ ਰੋਹ ਭਰਿਆ ਵਚਨ ਕਰਦੇ ਸੀ ਤੇ ਉਹ ਰਾਤ ਨੂੰ ਪੂਰਾ ਹੋ ਜਾਂਦਾ ਸੀ ਮੈਂ ਸੋਚਦਾ ਕਿ ਆਪਾਂ ਇਹਨਾਂ ਨੇ ਵੀ ਇਕੱਠੇ ਨਹੀਂ ਸੀ ਹੋਣਾ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦਾ ਜਪ ਤਪ ਹੈ ਉਹਨਾਂ ਦੀ ਕਮਾਈ ਹੈ ਮੈਂ ਬਹੁਤ ਨੇੜਿਓਂ ਹੋ ਕੇ ਉਹਨਾਂ ਦਾ ਜੀਵਨ ਵੇਖਿਆ ਕਹਿੰਦੇ ਨੇ ਤੁਹਾਡੇ ਚੋਂ ਵੀ ਵੇਖਿਆ ਸਾਰਾ ਦਿਨ ਸਿਮਰਨਾ ਸੱਚ ਤੇ ਸੁੱਚ ਤੇ ਪਹਿਰਾ ਸੱਚੀ ਗੱਲ ਕਰਨੀ ਹੈ ਸਾਧ ਸੰਗਤ ਜੀ ਇਹ ਉਸ ਸ਼ਹੀਦ ਦੀ ਬਹੁਤ ਵੱਡੀ ਦੇਣ ਹੈ ਆਪਾਂ ਨਾਮ ਹੀ ਚਾਹੀਏ ਉਹਦੀ ਸ਼ਹੀਦੀ ਨੇ ਪੰਥ ਦੇ ਵਿੱਚ ਰੰਗ ਲਿਆਉਣਾ ਪਰ ਇਹਦੇ ਪਾਤਰ ਕੌਣ ਬਣਦੇ ਗੁਰੂ ਸਾਹਿਬ ਜਾਣ ਲਾ ਇਸ ਵਾਸਤੇ ਮੈਂ ਜਿਹੜੀ ਬੇਨਤੀ ਸ਼ੁਰੂ ਕੀਤੀ ਸੀ ਕਿ ਇੱਕ ਤਾਂ ਫਰੰਟ ਹੈ ਕਿ ਆਪਾਂ ਜਥੇਦਾਰ ਕੱਲ ਤੱਕ ਸਿੰਘ ਸਾਹਿਬ ਭਾਈ ਰਣਵੀਰ ਸਿੰਘ ਮੈਨੂੰ ਪਤਾ ਕਿ ਜਿੱਥੇ ਅਸੀਂ ਮੈਮੋਰੈਂਡਮ ਲਿੱਤਾ ਤੇ ਮੈਂ ਅਗਲੀ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਨੂੰ ਮਿਲਣ ਚਲੇ ਗਿਆ ਵਾਪਸ ਨਹੀਂ ਮਿਲਿਆ ਅੱਜ ਤੱਕ ਹੀ ਨਹੀਂ ਮਿਲਿਆ ਮੈਂ ਪਰ ਦਫ਼ਤਰ ਦੇ ਵਿੱਚ ਉਹਦੇ ਪੀਏ ਨੇ ਕਿਹਾ ਕਰਤਾ ਫੈਕਸ ਤੇ ਮੇਲ ਕੱਢ ਕੇ ਲਿਆ ਜਿਹੜੀਆਂ ਹੁਣ ਤੱਕ ਤਿੰਨ ਛੁੱਟੀਆਂ ਦੇ ਵਿੱਚ ਆਈਆਂ ਸ਼ੁੱਕਰਵਾਰ ਸ਼ਨਿਚਰਵਾਰ ਤੇ ਐਤਵਾਰ ਚ ਉਹਦੇ ਚ 32 ਮੇਲਾਂ ਆਈਆਂ ਜਿਨ੍ਹਾਂ ਵਿੱਚੋਂ 21 ਰੋਸ ਪੱਤਰ ਸੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਫਤਿਹ ਤੋਂ ਵਾਪਸ ਲਿਆ ਜਾਵੇ ਇਹਦੀ ਕੀ ਹਿਲਜੁਲ ਨਹੀਂ ਹੋਈ ਸਿੰਘ ਸਾਹਿਬਾਂ ਦਾ ਆਪਸ ਵਿੱਚ ਵੀ ਇਹ ਚਰਚਾ ਹੋਈ ਵੀ ਦੱਸੋ ਕੀ ਕਰਨਾ ਪਰ ਕਿਉਂਕਿ ਹਲੇ ਦਾਲ ਕੱਚੀ ਆ ਹਲੇ ਵਿਦੇਸ਼ਾਂ ਦੇ ਵਿੱਚੋਂ ਵੀ ਉਹ ਮਤੇ ਵੀ ਆਏ ਵੀ ਜੇ ਇਹ ਫਤਿਹ ਕੌਮ ਵਾਪਸ ਨਹੀਂ ਲੈਣਾ ਤਾਂ ਫਿਰ ਸਾਡੇ ਦੇਸ਼ ਚ ਆਉਣ ਦੀ ਖੇਚਲ ਨਾ ਕਰਿਓ ਜਿੱਦੇ ਇਹ ਮਤੇ ਆ ਗਏ ਨਾ ਤੁਸੀਂ ਦੇਖਿਓ ਇਹ ਸਭ ਕੁਝ ਹੋਏਗਾ ਜਿਹਦੇ ਰਾਜ ਵਿੱਚ ਨਕਲੀ ਮਰਮਕਾਰੀਆਂ ਨੂੰ ਸਹਿ ਦਿੱਤੀ ਜਿਹਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਿਹਦੇ ਰਾਜ ਵਿੱਚ ਸ਼ਾਂਤਮਈ ਬੈਠੇ ਸਿੱਖਾਂ ਦੇ ਉੱਪਰ ਗੋਲੀਆਂ ਚੱਲੀਆਂ ਜਿਹਦੇ ਰਾਜ ਵਿੱਚ ਝੂਠੇ ਸੌਦੇ ਨੂੰ ਮਾਫ਼ ਕਰ ਦਿੱਤਾ ਗਿਆ ਲੋਕਾਂ ਨੇ ਇੱਕ ਰੋਸ ਜਾਹਰ ਕਰਕੇ ਉਹਨਾਂ ਨੂੰ ਰਾਜਨੀਤਿਕ ਹਾਸ਼ੀਏ ਤੋਂ ਬਾਹਰ ਕੱਢ ਦਿੱਤਾ ਪੰਥ ਦੀ ਪਾਰਟੀ ਅੱਜ 2 ਐਮਐਲਏਆਂ ਤੇ ਬੈਠੀ ਹੈ ਇਹ ਸੰਗਤਾਂ ਦਾ ਰੋਹ ਹੈ ਪਰ ਜਿਹੜੇ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਵੀ ਨੁਮਾਇੰਦਾ ਮੰਨਦੇ ਹਾਂ ਆਪਣੇ ਆਪ ਨੂੰ ਸਾਡੇ ਚ ਹਲੇ ਰੋਹ ਨਹੀਂ ਹੈ ਅਸੀਂ ਹਾਰੇ ਬੈਠੇ ਹਾਂ ਜਿਹੜਾ ਬੰਦਾ ਮਾਨਸਿਕ ਤੌਰ ਤੇ ਹਾਰ ਜਾਵੇ ਉਹ ਲੜਾਈ ਨਹੀਂ ਲੜ ਸਕਦਾ ਉਹ ਸਮਝ ਲੈਂਦਾ ਨਹੀਂ ਮੇਰੇ ਤੋਂ ਕੁਝ ਹੋਣਾ ਹੀ ਨਹੀਂ ਤੁਸੀਂ ਇਹ ਨਾ ਸਮਝੋ ਇਹ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਇਹ ਪ੍ਰਣਾਲੀ ਤਾਂ ਆਪਣੀ ਇਹ ਹੈ ਹੁਣ ਇਹ ਖਾਲਸਾ ਸਾਹਿਬ ਨੇ ਬਾਬਾ ਦਾਦੂ ਸਾਹਿਬ ਨੇ ਉਹ ਮਾਂ ਸਾਹਿਬ ਨੇ ਗੁਰਦੀਪ ਸਿੰਘ ਜਾਂ ਚਾਰਾ ਮੰਗਲੀ ਕਮੇਟੀ ਨੇ ਜਿਹੜੇ ਮਤੇ ਲਿਖੇ ਆ ਤੁਸੀਂ ਸੁਣ ਲਓ ਬੜੇ ਚੜ੍ਹਦੀ ਕਲਾ ਦੇ ਮਤੇ ਆ ਸਾਡੇ ਕੋਲ ਕੁਝ ਮਹਾਂਪੁਰਖਾਂ ਨੇ ਆਪਣੇ ਰੋਸ ਪੱਤਰ ਭੇਜੇ ਆ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਆ ਤੇ ਉਹਦੇ ਵਿੱਚ ਲਿਖਿਆ ਹੋਇਆ ਜਿੱਥੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਦੇ ਕਤਲ ਦੇ ਸੰਬੰਧ ਵਿੱਚ ਇਨਸਾਫ਼ ਲੈਣਾ ਤੇ ਉੱਥੇ ਫਤਿਹ ਕੌਮ ਤੇ ਪੰਥ ਰਤਨ ਇਹ ਵੀ ਵਾਪਸ ਲੈਣਾ ਕਿਉਂਕਿ ਅਸਲੀ ਸਾਡਾ ਫਤਿਹ ਕੌਮ ਕੌਣ ਹੈ ਆ ਲਿਖਿਆ ਹੋਇਆ ਨਗਰ ਕੋਟ ਤੇ ਕੌਣ ਹੈ ਫਤਿਹ ਕੌਮ ਇਸ ਵਾਸਤੇ ਸਾਨੂੰ ਜੱਥੇ ਬੰਨ ਕੇ ਕਤਾਰਾਂ ਬੰਨ ਕੇ ਇੱਕ ਵਾਰੀ ਤੁਰਨਾ ਪਏਗਾ ਕਿ ਸਿੰਘ ਸਾਹਿਬ ਭਾਈ ਰਣਵੀਰ ਸਿੰਘ ਜੀ ਸਾਨੂੰ ਜਵਾਬ ਦਿਓ ਦੋ ਬੰਦੇ ਨੇ ਜਿਹਨਾਂ ਤੋਂ ਆਪਾਂ ਇਨਸਾਫ਼ ਲੈਣਾ
ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਰਣਜੀਤ ਮੰਤਰ ਵੀ ਫਿਕਰ ਆ ਫਰਕ ਨਹੀਂ ਰਿਹਾ ਪ੍ਰਕਾਸ਼ ਸਿੰਘ ਬਾਦਲ ਨਾਲ ਅੱਜ ਦੀ ਡੇਟ ਤੱਕ ਮੈਂ ਗੱਲ ਕਰਨਾ ਕਿਉਂਕਿ ਬਹਿਰਲ ਕਾਂਡ ਦੀ ਸਾਰੀ ਰਿਪੋਰਟ ਬਣੀ ਪਈ ਹੈ ਸੈਨ ਕਰਨ ਨੂੰ ਤਿਆਰ ਨਹੀਂ ਭਾਈ ਗੁਰਦੇਵ ਸਿੰਘ ਸਾਹਿਬ ਜੀ ਦੇ ਕਤਲ ਸੰਬੰਧੀ ਟੈਲੀਵਿਜ਼ਨ ਤੇ ਬੋਲਤਾ ਜਨਤਕ ਤੌਰ ਤੇ ਐਲਾਨ ਕਰਤਾ ਕਿ ਮੈਂ ਇਹ ਇਨਸਾਫ ਲੈ ਕੇ ਦੇਵਾਂਗਾ ਪਰ FIR ਦਰਜ ਕਰਨ ਵਾਸਤੇ ਸੈਨ ਕਰਨ ਨੂੰ ਤਿਆਰ ਨਹੀਂ ਪੰਥਕ ਨੁਮਾਇੰਦਿਆਂ ਨੂੰ ਮਿਲਣ ਵਾਸਤੇ ਤਿਆਰ ਨਹੀਂ ਕੁਝ ਵਿਅਕਤੀ ਵਿਸ਼ੇਸ਼ਾਂ ਦੇ ਇੱਕ ਘੇਰੇ ਦੇ ਵਿੱਚ ਘਿਰਿਆ ਹੋਇਆ ਵਿਅਕਤੀ ਧਰਾਤਲ ਦੀ ਸਮਝ ਨਹੀਂ ਰੱਖ ਸਕਦਾ ਇਹ ਸਮਾਂ ਬੀਤ ਜਾਏਗਾ ਭਗਵੰਤ ਸਿੰਘ ਮਾਨ ਜਦੋਂ ਬੀਤਿਆ ਕੱਲ ਤੇਰੇ ਸਾਹਮਣੇ ਹੋਇਆ ਪਛਤਾਏਗਾ ਤੂੰ ਕਿ ਮੈਂ ਵੀ ਉਸ ਲਾਈਨ ਵਿੱਚ ਖਲੋ ਗਿਆ ਜਿਹੜੀ ਲਾਈਨ ਵਿੱਚ ਪ੍ਰਕਾਸ਼ ਸਿੰਘ ਬਾਦਲ ਖੜਾ ਸੀ ਮੈਂ ਸਟੇਜ ਤੇ ਬੈਠੀ 11 ਮੈਂਬਰੀ ਕਮੇਟੀ ਸਮੇਤ ਸਭ ਨੂੰ ਆਪ ਨੂੰ ਬੇਨਤੀ ਕਰਦਾ ਇਦੋਂ ਅੱਧਾ ਤੱਕ ਇਨਸਾਫ ਲੈ ਸਕਦਾ ਇਦੋਂ ਅੱਧਾ ਤੁਸੀਂ ਤਾਂ ਬਹੁਤ ਦੂਰੋਂ ਦਰਡਿਆਂ ਤੋਂ ਆਇਆ ਤੁਹਾਡਾ ਬਹੁਤ ਧੰਨਵਾਦ ਪਰ ਆਪਾਂ ਸਾਰੇ ਇੱਕ ਧਈਆ ਕਰ ਲਈਏ ਕਿ ਅਸੀਂ CM ਦੀ ਕੋਠੀ ਦੇ ਦੁਆਲੇ ਬੈਠਾਂਗੇ ਉਹਦੇ ਬੂਹੇ 'ਚ ਬੈਠਾਂਗੇ ਘਰਾਓ ਕਰਾਂਗੇ ਉਹ ਸਾਨੂੰ ਦੱਸੇ ਵੀ ਇਹ ਇਨਸਾਫ ਸਾਨੂੰ ਦੇਣਾ ਕਿ ਨਹੀਂ ਦੇਣਾ ਸਾਨੂੰ ਲੜਾਈ ਤੇ ਲੜਨੀ ਪਊ ਤਾਂ ਹੀ ਮੈਂ ਕਹਿੰਦਾ ਟੈਲੀਫੋਨ ਤੇ ਸਾਡੇ ਨਾਲ ਚੁੱਪੜੀਆਂ ਗੱਲਾਂ ਕਰ ਲਵੇ ਹਾਂ ਵੀ ਕੋਈ ਗੱਲ ਹੀ ਨਹੀਂ ਪਹਿਲਾਂ ਵਾਲੀਆਂ ਗੱਲਾਂ ਨਹੀਂ ਮੈਂ ਤੇ ਸਭ ਕੁਝ ਠੀਕ ਕਰ ਦੂੰਗਾ ਟੈਲੀਵਿਜ਼ਨ ਤੇ ਜੋ ਮਰਜ਼ੀ ਬੋਲ ਲਵੇ ਪਰ ਕਦੋਂ ਪੁੱਟੇ ਤਾਂ ਹੀ ਆਣਾ ਜੇ ਨਹੀਂ ਪੁੱਟੇਗਾ ਤੇ ਫਿਰ ਜਿਵੇਂ ਐਡਵੋਕੇਟ ਸਾਹਿਬ ਨੇ ਆਪਾਂ ਨੂੰ ਦੱਸਿਆ ਭਾਵੇਂ ਲੜਾਈ ਲੰਬੀ ਆ ਕਿੱਧਰ ਜਾਵਾਂਗੇ ਲੜਾਈ ਤਾਂ ਲੜਨੀ ਪੈਂਦਾ ਦੂਜਾ ਪੱਖ ਇਹ ਸਾਨੂੰ ਇਸ ਪਾਸੇ ਵੀ ਸੋਚਣਾ ਪੈਣਾ ਕਿ ਜੇ ਕਿਉਂਕਿ ਕੁਰਸੀ ਉਹ ਹੋਈ ਹੈ ਸ਼ਕਤੀ ਉਹ ਹੋਈ ਹੈ ਜਿਹੜੀ ਸ਼ਕਤੀ ਤੋਂ ਆਪਾਂ ਅੱਜ ਰੋ ਰਹੇ ਹਾਂ ਦੂਜੀ ਮੈਂ ਬੇਨਤੀ ਕਰਾਂ ਜਿਹੜੇ ਬੰਦੇ ਇਸ ਕੇਸ ਸੰਬੰਧੀ ਅਣਜਾਣ ਨੇ ਅਨਭੋਲ ਨੇ ਉਹ 30 ਸਾਲ ਤੋਂ ਚੁੱਪ ਹੀ ਬੈਠੇ ਆ ਕੁਝ ਵੀ ਨਹੀਂ ਹੋਇਆ ਕਿਸੇ ਨੇ ਕੁਝ ਕਰਿਆ ਹੀ ਨਹੀਂ ਖਾਲਸਾ ਜੀ ਨਾ ਕਹੋ 30 ਸਾਲ ਤੋਂ ਆਪਾਂ ਬੈਠੇ ਨਹੀਂ ਤੁਹਾਡੇ ਦੀ ਰਿਪੋਰਟ ਕਿਵੇਂ ਆ ਗਈ ਕਿਵੇਂ ਤਬਦੀਲ ਹੋ ਗਈ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਉਹਦਾ ਇੱਕ ਕਮਿਸ਼ਨ ਬਣਾ ਦਿੱਤਾ ਆਪ ਹੀ ਬਣਾ ਦਿੱਤਾ ਉਹਨੇ ਨਹੀਂ ਜਿੰਨਾ ਕੁ ਆਪਾਂ ਕਰ ਸਕਦੇ ਸੀ ਕਰਿਆ ਵੱਡੇ ਵੱਡੇ ਹਜ਼ਾਰਾਂ ਦੀ ਗਿਣਤੀ 'ਚ ਰੋਸ ਮੁਜ਼ਾਹਰੇ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤੱਕ ਪਹੁੰਚੇ ਜਦੋਂ ਜਗਰਾਓ ਆ ਕੇ ਤਿਵਾੜੀ ਸਾਹਿਬ ਬੈਠ ਗਏ ਕਹਿੰਦੇ ਕਹਿੰਦੇ ਰੋੜਾ ਨੂੰ ਭੁਗਤਾਇਆ ਜੇ ਕੁੱਲ ਜਾ ਕੇ ਇਹ ਠੀਕ ਹੈ ਕਿ ਕਮਿਸ਼ਨ ਤੇ ਕਮਿਸ਼ਨ ਬਣਾ ਕੇ ਤਿਵਾੜੀ ਰਿਪੋਰਟ ਦੀ ਹਵਾ ਕੱਢੀ ਉਹਦੀ ਜਾਨ ਕੱਢੀ ਰਿਪੋਰਟ ਦੀ ਪਰ ਹੁਣ ਭੁਗਤ ਨਹੀਂ ਪਏਗੀ ਜਨਤਕ ਦੇ ਰੂਪ ਨੂੰ ਪਤਾ ਲੱਗ ਗਿਆ ਕਿ ਅਸਲ ਰਿਪੋਰਟ ਵਿੱਚ ਹੈ ਕੀ ਮੈਂ ਜ਼ਿਆਦਾ ਲੰਬੀ ਬੇਨਤੀ ਨਾ ਕਰਾਂ ਇੱਕ ਤੇ ਸਮੁੱਚੀਆਂ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਬਹੁਤ ਹਮਦਰਦ ਹੋ ਪੰਥ ਦੇ ਦੂਰ ਦੁਰਾਡੇ ਬੈਠਿਆ ਸੱਤ ਸਮੁੰਦਰਾਂ ਤੋਂ ਪਾਰ ਬੈਠਿਆ ਵੀ ਤੁਹਾਨੂੰ ਫਿਕਰ ਹੁੰਦਾ ਹੁਣ ਇੱਥੋਂ USA ਦਾ ਇੱਕ ਨੌਜਵਾਨ ਬੋਲ ਕੇ ਗਿਆ ਕਿ ਤੁਹਾਡੀ ਇਕੱਲੀ ਇਕੱਲੀ ਗੱਲ ਤੇ ਅਸੀਂ ਨਿਰਸਨ ਕਰਦੇ ਹਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਇਕੱਲੇ ਇਕੱਲੇ ਗੁਰਦੁਆਰੇ ਵੱਲੋਂ ਮੇਲ ਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਨੂੰ ਰੋਸ ਪੱਤਰ ਦੇ ਲਿਖ ਦਿਓ ਥੱਲੇ ਇੱਕ ਨੋਟ ਜ਼ਰੂਰ ਲਿਖ ਦਿਓ ਕਿ ਸਿੰਘ ਸਾਹਿਬ ਜੀ ਜੇ ਸਾਡੀ ਬੇਨਤੀ ਤੇ ਗੌਰ ਨਹੀਂ ਕਰਨਾ ਤੇ ਫਿਰ ਸਾਡੇ ਦੇਸ਼ 'ਚ ਆਉਣ ਦੀ ਕਿਰਪਾ ਨਾ ਕਰੇ ਇਹਨਾਂ ਜ਼ਰੂਰ ਕਰੋ ਤੁਸੀਂ ਵਿਦੇਸ਼ਾਂ 'ਚ ਬੈਠੇ ਤੁਹਾਡਾ ਕੋਈ ਜ਼ੋਰ ਨਹੀਂ ਲੱਗਦਾ ਜੇ ਤੁਸੀਂ ਚਾਹ ਰਹੇ ਹੋ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਖਾਲਸਾ ਜੀ ਦੇ ਸਾਨੂੰ ਇਨਸਾਫ ਮਿਲੇ ਤਾਂ ਫਿਰ ਇਹਨਾਂ ਦਾ ਹੁਕਮ ਕਰੋ ਜਿੰਨੇ ਵੀ ਮਹਾਂਪੁਰਖ ਨੇ ਜਾਂ ਤੁਸੀਂ ਸੰਗਤਾਂ ਜਿੱਥੇ ਤੁਹਾਡੇ ਲੱਗਦੇ ਕੋਈ ਮਹਾਂਪੁਰਖ ਨੇ ਕਈਆਂ ਨੂੰ ਇਸ ਕੇਸ ਬਾਰੇ ਪੂਰਾ ਪਤਾ ਨਹੀਂ ਆਪਣੇ ਆਪਣੇ ਇਲਾਕੇ ਦੇ ਮਹਾਂਪੁਰਖਾਂ ਤੋਂ ਉਹਨਾਂ ਦੇ ਲੈਟਰ ਪੈਡ ਤੇ ਇਹ ਜ਼ਰੂਰ ਇੱਕ ਬੇਨਤੀ ਲਿਖਣੀ ਹੈ ਆਪਾਂ ਕੋਈ ਵਿਰੋਧ ਨਹੀਂ ਕਰਨਾ ਬੇਨਤੀ ਲਿਖਣੀ ਹੈ ਕਿ ਸਤਿਕਾਰਯੋਗ ਸਿੰਘ ਸਾਹਿਬ ਜੀ ਤੁਸੀਂ ਜਿਹੜਾ ਫਕਰੇ ਕੌਮ ਦਿੱਤਾ ਗਲਤ ਬੰਦੇ ਨੂੰ ਦੇ ਬੈਠੇ ਹਾਲਾਂਕਿ ਤੁਸੀਂ ਦਿਖਦਾ ਨਹੀਂ ਸੀ
ਹੋਰ ਸੀ ਉਹ ਪਰ ਤੁਸੀਂ ਅੱਜ ਚੋਣ ਕਰ ਲਓ ਕਿਉਂ ਦੇਣਾ ਚਾਹੀਦਾ ਜੇ ਗਲਤ ਦਿੱਤਾ ਗਿਆ ਤਾਂ ਤੁਸੀਂ ਵਾਪਸ ਲਓ ਕਿਉਂਕਿ ਪੰਥ ਦੇ ਨੇ ਜਥੇਦਾਰ ਵੀ ਪੰਥ ਦੇ ਨੇ ਇਹ ਅਵਾਰਡ ਵੀ ਪੰਥ ਦੇ ਨੇ ਮਰਜ਼ੀ ਨਾਲ ਚੋਣਦੇ ਰਹਿਣ ਇਸ ਵਾਸਤੇ ਮੈਂ ਜ਼ਿਆਦਾ ਬੇਨਤੀ ਨਾ ਕਰਦਾ ਹੋਇਆ ਇਹੀ ਬੇਨਤੀ ਕਰੋ ਜਿੱਥੇ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਉੱਥੇ ਮੈਂ ਬੀਬੀ ਗੁਰਮੇਲ ਕੌਰ ਇਹਨਾਂ ਦਾ ਵੀ ਧੰਨਵਾਦ ਕਰਦਾ ਜਦੋਂ ਹਲੇ ਸਾਰੇ ਤਿੰਨੇ ਭਰਾ ਤਿੰਨੇ ਭੈਣਾਂ ਹਲੇ ਬਹੁਤ ਛੋਟੇ ਸੀ ਇਹਨਾਂ ਨੇ ਬੜੇ ਸਿਲਕ ਦੇ ਨਾਲ ਬੜੇ ਸਬਰ ਦੇ ਹੌਸਲੇ ਨਾਲ ਤਹੱਮਲ ਦੇ ਨਾਲ ਸਾਰੇ ਪਰਿਵਾਰ ਨੂੰ ਵੀ ਪਾਲਿਆ ਤੇ ਨਾਲ ਨਾਲ ਸਿੰਘ ਸਾਹਿਬ ਦੇ ਬਖਸ਼ੇ ਅਕੀਦੇ ਤੇ ਵੀ ਕਾਇਮ ਰਹੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇਸ ਵਾਸਤੇ ਅੱਜ ਜਿਹੜਾ ਆਪਾਂ ਨੂੰ ਇੱਕ ਮੰਚ ਮਿਲ ਗਿਆ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਉਹਨਾਂ ਦੀ ਭਾਵ ਭਗਤੀ ਤੇ ਬੰਦਗੀ ਦਾ ਇੱਕ ਬਲ ਮਿਲ ਗਿਆ ਉਹਦੇ ਤੇ ਆਪਾਂ ਇਕੱਤਰ ਹੋਈਏ ਜਿਹੜੀ ਭਾਈ ਬਲਵਿੰਦਰ ਸਿੰਘ ਨੇ ਗੱਲ ਕੀਤੀ ਹੈ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਵਿਚਾਰਾ ਰੱਖਣਾ ਹੈ ਬਾਬਾ ਜੀ ਇਹ ਸਾਰਾ ਕੁਝ ਇਹਨਾਂ ਨੇ ਨਹੀਂ ਕਰਨਾ ਸੰਗਤ ਨੇ ਨਹੀਂ ਕਰਨਾ ਇਹਦੇ ਚੰਦ ਬੰਦੇ ਨੇ ਆਪਾਂ ਕਰੋ ਆਪਾਂ ਕਰਕੇ ਉਹਨੂੰ ਫਰੋਸ ਕੇ ਦਿਓ ਜਿਹੜੀ ਵਾਰ ਵਾਰ ਗੱਲ ਆਉਂਦੀ ਹੈ ਕਿ ਆਪਾਂ 35 ਦਲ ਬਣਾਏ ਹੋਏ ਨੇ ਮੈਂ ਕਹਿੰਦਾ ਧੰਨਵਾਦ ਹੈ ਜਿਹਨਾਂ ਨੇ ਦਲ ਬਣਾਇਆ ਕੁਛ ਤਾਂ ਕਰ ਰਹੇ ਤੁਸੀਂ ਝੌਂਪੜੀਆਂ ਬਣਾਈਆਂ ਆਪਾਂ ਇਹਨਾਂ ਵਾਸਤੇ ਮਹਿਲ ਬਣਾ ਕੇ ਦਿਓ ਝੌਂਪੜੀਆਂ ਚੋਂ ਆਪੇ ਉੱਠ ਕੇ ਆਪਣੇ ਜਾ ਜਾਣਗੇ ਜੇ ਆਪਾਂ ਕੁਝ ਵੀ ਨਹੀਂ ਕਰਨਾ ਤੇ ਫਿਰ ਮੁਬਾਰਕ ਨੇ ਜਿਹੜੀਆਂ ਝੌਂਪੜੀਆਂ ਬਣੀਆਂ ਨੇ ਇਸ ਵਾਸਤੇ ਆਪਾਂ ਇਹਨਾਂ ਨੂੰ ਕੁਛ ਵੀ ਬਜਾਏ ਵੀ ਤੁਸੀਂ ਛੋਟੇ ਛੋਟੇ ਦਲ ਬਣਾ ਲਏ ਆਪਾਂ ਤਦੋਂ ਸਦਾ ਦਿੱਤਾ ਵੀ ਆ ਦੇਖੋ ਜੀ ਵੱਡਾ ਦਲ ਬਣ ਗਿਆ ਹੁਣ ਤੁਸੀਂ ਆਪਦਾ ਭਾਰ ਕਰ ਦਿਓ ਤੁਸੀਂ ਸਾਡੇ ਵਾਲੇ ਜਾ ਦਿਓ ਆਹ ਵੇਖ ਲਓ ਨਿਰਖ ਉਹਦੇ ਚ ਵੀ ਹੋਰ ਬੰਦਾ ਪਾਉਣਾ ਪਾ ਲਓ ਇਹ ਸਾਰੀਆਂ ਵਿਚਾਰਾਂ ਇੱਥੇ ਕਰਨ ਵਾਲੀਆਂ ਨਹੀਂ ਜਿਵੇਂ ਬਾਬਾ ਜੀ ਨੇ ਕਿਹਾ ਉਹਦੇ ਵਾਸਤੇ ਲੰਮਾ ਸਮਾਂ ਚਾਹੀਦਾ ਇਸ ਵਾਸਤੇ ਅੱਜ ਦੇ ਇਕੱਠ ਵਿੱਚ ਤਾਂ ਇੰਨਾ ਹੀ ਇੱਕ ਜਿਹੜੇ ਮਤੇ ਪਾਏ ਆ ਉਹ ਫੈਸਲਾ ਟੱਲ ਹੋਊਗਾ ਤੇ ਮੈਂ 11 ਮੈਂਬਰੀ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਕਰਕੇ ਇਸ ਲਈ ਇਸ ਪ੍ਰੋਗਰਾਮ ਲਈ ਬਹੁਤ ਵੱਡਾ ਪ੍ਰਬੰਧ ਕੀਤਾ ਸੰਗਤਾਂ ਦੂਰੋਂ ਦੂਰੋਂ ਲਿਆਉਂਦੇ ਆ ਭਾਈ ਸਤਨਾਮ ਸਿੰਘ ਹੁਣ ਇੱਥੇ ਜਜ਼ਬਾਤੀ ਹੋ ਗਏ ਕਿਉਂਕਿ ਬਾਬੇ ਲੱਖੂ ਦੀ ਲਾਲ ਆਏ ਇਹ ਥੋੜ੍ਹੇ ਗਰਮ ਹੋ ਵੀ ਜਾਂਦੇ ਆ ਤੁਸੀਂ ਵੀ ਜ਼ੋਰ ਲਾਇਆ ਭਾਈ ਘਾਟਾ ਸਿੰਘ ਨੇ ਸਾਰਿਆਂ ਨੇ ਲਾਇਆ ਇਸ ਵਾਸਤੇ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਜਿੰਨੇ ਪ੍ਰੈਸ ਵਾਲੇ ਵੀ ਲਾਏ ਜਿੰਨੇ ਮਹਾਂਪੁਰਖ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੇ ਨੁਮਾਇੰਦੇ ਭੇਜੇ ਧੰਨਵਾਦ ਉਹਨਾਂ ਦਾ ਤਾਂ ਉਹਨਾਂ ਦਾ 50% ਰਹਿ ਜਾਣਾ ਕਿਉਂਕਿ ਮੇਰੇ ਤੋਂ ਪਹਿਲਾਂ ਬਾਬਾ ਜੀ ਨੇ ਬੋਲ ਦਿੱਤਾ ਵੀ ਆਪ ਜਦੋਂ ਤੱਕ ਆਪ ਨਹੀਂ ਆ ਕੇ ਸਜਦੇ ਸਾਨੂੰ ਸ਼ਕਤੀ ਮਿਲਦੀ ਨਹੀਂ ਘੱਟ ਮਿਲਦੀ ਹੈ ਇਸ ਵਾਸਤੇ ਸਾਡੇ 'ਚ ਵੀ ਕਮੀ ਹੈ ਅਸੀਂ ਵੀ ਆਪਦੀ ਆਕੜ ਵਿੱਚ ਆਏ ਜੇ ਅਸੀਂ ਦਲ ਬੰਨ ਕੇ ਇੱਕ ਪੰਥ ਦਾ ਉਹਨਾਂ ਬੰਨ ਕੇ ਇਕੱਲੇ ਇਕੱਲੇ ਦੇ ਕੋਲ ਸਾਨੂੰ ਜਾਣਾ ਪਊਗਾ ਕਿ ਬਾਬਾ ਜੀ ਆਹ ਇੱਕ ਪ੍ਰੋਗਰਾਮ ਹੈ ਸਾਡੇ 'ਚ 50 ਕਮੀਆਂ ਹੈ ਅਸੀਂ ਜਮ੍ਹਾਂ ਵੀ ਕੰਮੇ ਹਾਂ ਪਰ ਇਸ ਕੰਮ ਲਈ ਤੁਸੀਂ ਅੱਗੇ ਲੱਗ ਜਾਓ ਜਾਂ ਅਸੀਂ ਲੱਗੇ ਹੋਏ ਸਾਡੇ ਨਾਲ ਲੱਗ ਜਾਓ ਸਾਨੂੰ ਮੁੱਦੇ 'ਤੇ ਬਚਾਓ ਜੋ ਮਰਜ਼ੀ ਬਚਾਓ ਜੇ ਸਾਡਾ ਇਲਾਜ ਗਲਤ ਹੈ ਤਾਂ ਇਹਨੂੰ ਠੀਕ ਕਰ ਲਓ ਸਾਨੂੰ ਸਮਝਾ ਦਿਓ ਵੀ ਤੁਸੀਂ ਗਲਤ ਕਰ ਰਹੇ ਹਾਂ ਤੇ ਜੇ ਕੌਮੀ ਜਥੇਦਾਰ ਦੇ ਇਨਸਾਫ਼ ਵਾਸਤੇ ਇਹ ਰਾਹ ਖੁੱਲ੍ਹ ਗਿਆ ਨਾ ਜਿਵੇਂ ਬਾਬਾ ਜੀ ਨੇ ਕਿਹਾ ਨਾ ਕਿ ਇੱਥੇ ਤਾਂ 35-35-25-25 ਹਜ਼ਾਰ ਲਵਾਰਸ ਲਾਸ਼ਾਂ ਦਾ ਹਿਸਾਬ ਨਹੀਂ ਹੋਇਆ ਇੱਕ ਦਰਵਾਜ਼ਾ ਹੈ ਸੰਸਾਰ ਦੇ ਕਤਲ ਦੇ ਅਨੁਸਾਰ ਦਾ ਜੇ ਖੁੱਲ੍ਹ ਗਿਆ ਨਾ ਆਪਾਂ ਹਰ ਇੱਕ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਸੋ ਮੈਂ ਇਹ ਬੇਨਤੀਆਂ ਕਰਦਾ ਹੋਇਆ ਸਾਰੇ ਪ੍ਰਬੰਧਕਾਂ ਦਾ ਬਾਬਾ ਸਾਹਿਬ ਦਾ ਬਾਬਾ ਸਵਰਜੀਤ ਸਿੰਘ ਦਾ ਜਿਹੜੇ ਬਹੁਤ ਸੋਹਣਾ ਜਿਹਨਾਂ ਨੇ ਸੰਚਾਲਨ ਕੀਤਾ ਹੈ ਜਿਹਨਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗਾਬਾ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਆਫਰ ਦਿੱਤੀ ਸੀ ਉੱਥੇ ਪ੍ਰੋਗਰਾਮ ਕਰਨ ਦੀ ਪਰ ਅਸੀਂ ਇੱਕ ਤਰੀਕ ਪਹਿਲਾਂ ਹੀ ਮੁਕਰਰ ਕਰ ਲਈ ਸੀਗੀ ਅੱਜ ਦੀ ਅੱਜ ਦਾ ਉਹਨਾਂ ਕੋਲ ਖਾਲੀ ਨਹੀਂ ਸੀ ਸਾਰਾ ਹੀ ਗੁਰਦੁਆਰਾ ਸਾਹਿਬ ਦਾ ਹਾਲ ਇਸ ਕਰਕੇ ਪਰਵਾਜ ਹੁੰਦਾ ਪਿਆ ਉਹ ਜਗ੍ਹਾ ਵੀ ਥੋੜ੍ਹੀ ਘੱਟ ਸੀ ਇਸ ਕਰਕੇ ਸਾਰੇ ਪ੍ਰਬੰਧਕਾਂ ਦਾ ਦਾਸ ਧੰਨਵਾਦ ਕਰਦਾ ਪਿੰਡਾਂ ਚ ਪਾਉਣ ਦੀ ਖਿਮਾ ਮਹਿਸੂਸ ਕਰੋ ਸਾਰੀਆਂ ਸਹਾਇਤਾਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ